ਸਾਡੇ ਚੈਨਲ 'ਤੇ ਆਏ ਹੋਏ ਸਾਰੇ ਵੀਰਾਂ ਅਤੇ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਪੈਨਸ਼ਨਾਂ ਧਾਰਕਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਦੋਸਤੋ। ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਵੀ ਜਿਹੜੇ ਵੀ ਸਾਡੇ ਪੰਜਾਬ ਦੇ ਬਜ਼ੁਰਗਾਂ ਨੇ ਬੁਢਾਪਾ ਪੈਨਸ਼ਨ ਲਈ ਅਪਲਾਈ ਕੀਤੇ ਆਪਣੇ ਨਿਊ ਕਾਰਡ, ਠੀਕ ਆ, ਉਹਨਾਂ ਦੀ ਜਿਹੜੀ ਪੈਨਸ਼ਨ ਕਦੋਂ ਤੋਂ ਆਵੇਗੀ ਅਤੇ ਜਿਹੜੇ ਪੁਰਾਣੇ ਜਿਨ੍ਹਾਂ ਦੀ ਪੈਨਸ਼ਨ ਲਗਾਤਾਰ ਆ ਰਹੀਆਂ ਨੇ ਉਹਨਾਂ ਦੀ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਸਾਰਾ ਵਿਸਤਾਰ ਪੂਰਵਕ ਸਟੈਪ ਬਾਏ ਸਟੈਪ ਦੱਸਾਂਗਾ, ਠੀਕ ਆ। ਅਤੇ ਸਾਰੇ ਮੇਰੇ ਵੀਰ ਇਸ ਵੀਡੀਓ ਵੱਲ ਧਿਆਨ ਜ਼ਰੂਰ ਦੇਣ, ਕਿਤੇ ਇੱਦਾਂ ਨਾ ਹੋਵੇ ਕਿ ਤੁਹਾਡੀ ਪੈਨਸ਼ਨ ਦੇ ਕਾਰਡ ਬਣ ਗਏ ਹੋਣ, ਤੁਸੀਂ ਆਪਣੀ ਪੈਨਸ਼ਨ ਕਢਵਾਉਣ ਹੀ ਨਾ ਗਏ ਹੋਣ, ਠੀਕ ਆ। ਅਤੇ ਸਭ ਤੋਂ ਪਹਿਲਾਂ ਦੋਸਤੋ ਮੈਂ ਉਹਨਾਂ ਦੀ ਗੱਲ ਕਰਾਂਗਾ ਜਿਹੜੇ ਜਿਨ੍ਹਾਂ ਦੇ ਨਵੀਆਂ ਪੈਨਸ਼ਨਾਂ ਅਪਲਾਈ ਕੀਤੀਆਂ। ਦੋਸਤੋ ਜੇ ਤੁਹਾਡੇ ਨਵੀਆਂ ਪੈਨਸ਼ਨਾਂ ਜਦੋਂ ਅਸੀਂ ਅਪਲਾਈ ਕਰਦੇ, ਜਦੋਂ ਅਪਰੂਵ ਹੋ ਜਾਂਦੀ ਹੈ, ਡਾਕ ਰਾਹੀਂ ਸਾਡੇ ਘਰ ਇੱਕ ਕਾਰਡ ਆਉਂਦਾ ਵਾ ਪੈਨਸ਼ਨ ਦਾ, ਠੀਕ। ਅਤੇ ਜਦੋਂ ਉਹ ਕਾਰਡ ਸਾਡੇ ਘਰ ਆ ਜਾਂਦਾ ਤਾਂ ਉਸਦਾ ਮਤਲਬ ਵੀ ਤੁਹਾਡੀ ਜਿਹੜੀ ਪੈਨਸ਼ਨ ਉਹ ਸਟਾਰਟ ਹੋ ਚੁੱਕੀ ਆ। ਉਸ ਤੋਂ ਅਗਲੇ ਮਹੀਨੇ ਤੁਸੀਂ ਬੈਂਕ 'ਚ ਐਂਟਰੀ ਪਵਾ ਕੇ ਜਾਂ ਤੁਹਾਡੇ ਨੀਅਰੈਸਟ ਜਿਹੜਾ ਵੀ CSC ਸੈਂਟਰ ਪੈਂਦਾ, ਤੁਸੀਂ ਉੱਥੇ ਬਾਇਓਮੈਟ੍ਰਿਕ ਦੁਆਰਾ ਆਪਣਾ ਜਿਹੜਾ ਪੈਨਸ਼ਨ ਦਾ ਸਟੇਟਸ ਉਹ ਚੈੱਕ ਕਰ ਸਕਦੇ ਹੋ, ਠੀਕ ਆ। ਅਤੇ ਦੂਜੇ ਪਾਸੇ ਹੁਣ ਦੂਸਰੀ ਗੱਲ ਕਰਦੇ ਹਾਂ ਕਿ ਜਿਹੜੇ ਪੁਰਾਣੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ, ਜਿਹੜੀਆਂ ਲਗਾਤਾਰ ਕੰਟੀਨਿਊਸਲੀ ਪੈਨਸ਼ਨਾਂ ਜਿਹੜੀਆਂ ਲੈ ਰਹੇ ਨੇ ਆਪਣੀਆਂ, ਅਤੇ ਦੋਸਤੋ ਤੁਹਾਡੇ ਜਿਵੇਂ ਤੁਸੀਂ ਜਾਣਦੇ ਹੋ ਕਿ ਜੂਨ ਮਹੀਨੇ ਦੀਆਂ ਜਿੰਨੇ ਜਿਹੜੇ ਵੀ ਬਜ਼ੁਰਗਾਂ ਦੀਆਂ ਪੈਨਸ਼ਨਾਂ ਜਿਹੜੀ ਜਿਹੜੀ ਡੇਟ ਨੂੰ ਆਈਆਂ ਨੇ, ਤੁਸੀਂ ਜੁਲਾਈ ਦੇ ਵੀ ਉਸੇ ਹੀ ਡੇਟ ਨੂੰ ਆਪਣੀਆਂ ਚੈੱਕ ਕਰਨੀਆਂ। ਐਜ਼ ਏ ਇਗਜ਼ੈਂਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਤੁਹਾਡੀ ਜੂਨ ਦੇ ਮਹੀਨੇ ਜਿੱਦਾਂ ਜਿਨ੍ਹਾਂ ਦੀ ਪੈਨਸ਼ਨ ਆਈ ਹੈ 27 ਜੂਨ ਨੂੰ, ਠੀਕ ਆ, ਤੁਸੀਂ ਹੁਣ ਸੇਮ ਉਸੇ ਹੀ ਅਤੇ ਆਪਣੇ ਉਸੇ ਤਰੀਕ ਤੁਸੀਂ 27 ਜੁਲਾਈ ਨੂੰ ਤੁਸੀਂ ਚੈੱਕ ਕਰਨਾ ਵਾ। ਜਿਨ੍ਹਾਂ ਦੀ ਆਈ ਸੀ 25 ਜੂਨ ਨੂੰ, ਤੁਸੀਂ ਸੇਮ ਆਪਣੀ ਹੁਣ ਜੁਲਾਈ ਮਹੀਨੇ ਦੀ 25 ਜੁਲਾਈ ਨੂੰ ਤੁਸੀਂ ਆਪਣਾ ਸਟੇਟਸ ਚੈੱਕ ਕਰਨਾ, ਜਾਂ ਬੈਂਕ 'ਚ ਐਂਟਰੀ ਪਵਾ ਕੇ ਚੈੱਕ ਕਰ ਸਕਦੇ, ਜਾਂ ਨੀਅਰੈਸਟ ਕਿਸੇ CSC ਸੈਂਟਰ ਦੇ ਥਰੂ ਤੁਸੀਂ ਚੈੱਕ ਕਰਵਾ ਸਕਦੇ, ਠੀਕ ਆ। ਅਤੇ ਬਾਕੀ ਦੋਸਤੋ ਕਈ ਵਾਰੀ 1-2 ਥੱਲੇ ਅਪ ਡਾਊਨ ਉੱਤੇ ਥੱਲੇ ਹੋ ਜਾਂਦਾ ਵਾ, ਉਹਦੀ ਤੁਸੀਂ ਪਲੀਜ਼ ਡੋਂਟ ਵਰੀ, ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। 1-2 ਦਿਨ ਕਈ ਵਾਰੀ ਹੋ ਜਾਂਦਾ ਵਾ, ਠੀਕ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਬਾਕੀ ਦੋਸਤੋ ਕਾਫੀ ਸਾਰੀਆਂ ਯੂਟਿਊਬ 'ਤੇ ਫਵਾਹ ਉੱਡ ਰਹੀ ਕਿ ਇਸ ਵਾਰ ਜਿਹੜੀ ਪੈਨਸ਼ਨ 2500 ਰੁਪਈਏ ਆਵੇਗੀ, 2500 ਰੁਪਏ। ਦੋਸਤੋ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਹੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 2500 ਰੁਪਈਏ ਦਾ ਆਪਣੇ ਮਨ 'ਚ ਖਿਆਲ ਤਾਂ ਕੱਢ ਹੀ ਦਿਓ ਤੁਸੀਂ ਜੀ, ਠੀਕ ਆ, ਕਿਉਂਕਿ ਇਹ ਜਿਹੜੀ ਪੈਨਸ਼ਨ ਆ ਇਹ ਅਜੇ ਵੀ ਤੁਹਾਨੂੰ 1500 ਰੁਪਈਏ ਹੀ ਆਏਗੀ, ਠੀਕ ਆ। ਇਹਦੇ ਬਾਰੇ ਅਜੇ ਸਰਕਾਰ ਨੇ ਕੁਝ ਸੋਚਿਆ ਨਹੀਂ, ਕਿਉਂਕਿ ਉਹਨਾਂ ਦਾ ਬਜਟ ਇੱਕ ਪਾਸ ਕੀਤਾ, ਬਟ ਉਹਦੇ ਵਿੱਚ ਪੈਨਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਇਹੋ ਕਿਹਾ ਵੀ ਜਦੋਂ ਸਾਡਾ ਬਜਟ ਇੱਕ ਲੈਵਲ 'ਤੇ ਆਉਂਦਾ, ਇੱਕ ਸਥਿਰ ਹੁੰਦਾ ਵਾ, ਠੀਕ ਆ, ਅਤੇ ਜਲਦ ਹੀ ਆਪਾਂ ਇਹ 2500 ਰੁਪਏ ਦੀ ਵੀ ਅਨਾਊਂਸਮੈਂਟ ਜਲਦ ਹੀ ਕਰਾਂਗੇ। ਬਟ ਇਸ ਤੋਂ ਪਹਿਲਾਂ ਮਹਿਲਾਵਾਂ ਨੂੰ 1000 ਰੁਪਏ ਦਾ ਜਿਹੜਾ ਭੱਤਾ ਮਿਲਣਾ ਵਾ 18 ਸਾਲ ਤੋਂ ਉੱਪਰ, ਪਹਿਲਾਂ ਉਹ ਸਟਾਰਟ ਹੋਵੇਗਾ, ਫਿਰ ਜਿਹੜਾ ਉਹ ਸਟਾਰਟ ਹੋ ਗਿਆ ਸੈਕਿੰਡ ਸਟੈਪ ਤੁਹਾਡਾ ਹੋਏਗਾ 2500 ਰੁਪਈਏ ਦਾ ਪੈਨਸ਼ਨ ਵਾਲਾ, ਠੀਕ ਆ। ਇਹ ਜੋ ਸੱਚਾਈ ਦੋਸਤੋ ਮੈਂ ਉਹ ਤੁਹਾਨੂੰ ਦੱਸ ਰਿਹਾ ਵਾਂ, ਠੀਕ ਆ। ਇਹ ਨਹੀਂ ਵੀ ਮੈਂ ਤੁਹਾਡਾ ਮਨ ਨੂੰ ਦੱਸਣ ਵਾਸਤੇ ਮੈਂ ਕਹਿ ਦਾਂ ਕਿ 2500 ਇਸ ਮਹੀਨੇ ਆ ਰਹੀ ਹੈ, ਜਾਂ ਜਿਹੜੀ ਜੈਨੂਨ ਖਬਰ ਸਾਡੀ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਉਹ ਮਤਲਬ ਲੈ ਕੇ ਆਉਣ ਦੀ, ਠੀਕ ਆ। ਅਤੇ ਇਹੀ ਦੋਸਤੋ ਬਾਕੀ ਤੁਸੀਂ ਚੈੱਕ ਕਰਵਾ ਸਕਦੇ ਹੋ, ਜਿਹੜੀ ਜਿਹੜੀ ਡੇਟ ਤੁਹਾਨੂੰ ਪਿਛਲੀ ਆਈ ਤੁਸੀਂ ਉਸੇ ਹੀ ਡੇਟ ਨੂੰ ਤੁਸੀਂ ਇਹ ਜੁਲਾਈ ਮਹੀਨੇ ਤੁਸੀਂ ਜਾ ਕੇ ਚੈੱਕ ਕਰਵਾਉਣਾ ਵਾ, ਠੀਕ, ਅਤੇ ਤੁਹਾਡੇ ਖਾਤੇ 'ਚ ਐਰਕੀ ਵੀ 1500 ਰੁਪਈਏ ਹੀ ਆਵੇਗੀ, ਠੀਕ। ਅਤੇ ਬਾਕੀ ਦੋਸਤੋ ਜੇ ਤੁਹਾਨੂੰ ਅਜੇ ਵੀ ਕਿਸੇ ਤਰ੍ਹਾਂ ਦੇ ਇਸ ਵੀਡੀਓ ਵਿੱਚ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਲੱਗਦਾ, ਕੋਈ ਸ਼ੰਕਾ ਲੱਗਦੀ ਆ, ਠੀਕ, ਫਿਰ ਤੁਸੀਂ ਥੱਲੇ ਆਪਣੇ ਵਿਚਾਰ ਰੱਖ ਸਕਦੇ ਹੋ ਕਮੈਂਟ ਬੋਕਸ ਦੀ। ਕੋਸ਼ਿਸ਼ ਕਰਾਂ ਕਿ ਜਲਦੀ ਤੋਂ ਜਲਦੀ ਤੁਹਾਡੇ ਸਵਾਲਾਂ ਦਾ ਜਵਾਬ ਕਰੀਏ। ਅਤੇ ਬਾਕੀ ਤੁਸੀਂ ਇਹ ਆਪਣੇ ਵੀਡੀਓ ਉਹਨਾਂ ਆਪਣੇ ਰਿਲੇਟਿਵ, ਉਹਨਾਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਜ਼ਰੂਰ ਸ਼ੇਅਰ ਕਰ ਸਕਦੇ ਹੋ, ਜਿਹੜੀਆਂ ਜਿਨ੍ਹਾਂ ਨੇ ਨਵੀਆਂ ਪੈਨਸ਼ਨਾਂ ਅਪਲਾਈ ਕਰਦੇ ਅਪਲਾਈ ਆਪਣੇ ਕੀਤੀਆਂ ਨੇ, ਅਤੇ ਜਾਂ ਜਿਹੜੇ ਲਗਾਤਾਰ ਪੈਨਸ਼ਨ ਲੈਂਦੇ ਆ ਰਹੇ, ਤਾਂ ਕਿ ਉਹ ਵੀ ਇਸ ਚੀਜ਼ ਤੋਂ ਅਵੇਅਰ ਹੋ ਸਕਣ। ਜਿਹੜੀਆਂ ਲੋਕ ਆਪਣੇ ਯੂਟਿਊਬ 'ਤੇ ਫੇਕ ਵੀਡੀਓ ਬਣਾ ਕੇ ਪਾ ਰਹੇ ਨੇ ਕਿ 2500 ਰੁਪਈਆ ਪੈਨਸ਼ਨ ਆਵੇਗੀ, ਠੀਕ, ਉਹ ਇਸ ਚੀਜ਼ ਤੋਂ ਅਵੇਅਰ ਹੋ ਸਕਣ ਕਿ 1500 ਰੁਪਈਏ ਹੀ ਆਏਗੀ, ਠੀਕ ਆ। ਅਤੇ ਇਹੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਨੈਕਸਟ ਵੀਡੀਓ 'ਚ ਕੋਈ ਫਿਰ ਕੋਈ ਨਵੀਂ ਖਬਰ ਲੈ ਕੇ ਅਸੀਂ ਫਿਰ ਜਲਦੀ ਹੀ ਹਾਜ਼ਰ ਹੋਵਾਂਗੇ, ਅਤੇ ਉਦੋਂ ਤੱਕ ਦੋਸਤੋ ਧੰਨਵਾਦ ਜੀ।